ਵਿਲੇਜ ਦੇ ਵਿੱਚ ਸਾਡੇ ਕੋਲ ਓਪਨ ਏਰੀਆ ਲਾਈਕ ਦੈਟ ਪਾਰਕ ਹੈ, ਗ੍ਰੀਨ ਏਰੀਆ, ਇੱਕ ਸਾਈਡ ਤੋਂ ਐਗਜ਼ਿਟ ਗੇਟ ਹੈ ਜੀ, ਇੱਕ ਸਾਈਡ ਐਂਟਰੀ ਗੇਟ ਹੈ ਜੀ, ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀਜ਼ ਮਿਲੇਗੀ ਪਬਲਿਕ ਨੂੰ, ਲਾਈਕ ਦੈਟ ਵੀ ਪਬਲਿਕ ਟੋਇਲਟਸ, ਓਪਨ ਏਰੀਆ, ਵੈਲ ਫਰਨਿਸ਼ਡ ਹੋਊਗਾ, ਹਾਈਜੀਨਿਕ ਹੋਊਗਾ। ਜਾਂ ਜਿਹੜੀ ਮੇਜਰ ਪ੍ਰੋਬਲਮਸ ਅੱਗੇ ਆ ਰਹੀਆਂ ਸੀਗੀਆਂ ਲੋਕਾਂ ਦੀਆਂ, ਜਾਂ ਨਾ ਟ੍ਰੈਫਿਕ ਪ੍ਰੋਬਲਮਸ ਆ ਰਹੀ ਸੀਗੀ ਜਿਹੜੀਆਂ ਬੱਸਿਸ ਨੇ, ਉਹ ਸ਼ਹਿਰ ਦੇ ਵਿੱਚ ਐਂਟਰ ਕਰਕੇ ਉਹਨਾਂ ਨੂੰ ਵਾਪਸ ਆਉਣਾ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਉਹ ਚੀਜ਼ਾਂ ਤੋਂ ਮੁਕਤ ਹੋ ਜੂਗਾ ਫਾਜ਼ਿਲਕਾ ਏਰੀਆ, ਅਤੇ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਫਾਜ਼ਿਲਕਾ ਵਾਸੀਆਂ ਦਾ, ਸਾਡੀ ਪੋਲੀਟੀਕਲ ਲੀਡਰਸ਼ਿਪ ਦਾ, ਜੋ ਵੀ ਰਿਲੇਟਡ ਸੀਗਾ ਜਾਂ ਕੰਸਰਨ ਡਿਪਾਰਟਮੈਂਟ, ਸਾਡੇ ਡੀ ਸੀ ਸਾਹਿਬ ਮਨਦੀਪ ਸਿੰਘਾ ਜੀ, ਟ੍ਰੈਫਿਕ ਇੰਚਾਰਜ ਜੀ, ਸਾਡੇ ਐਸ ਡੀ ਸਾਹਿਬ, ਮੰਡੀ ਬੋਰਡ ਦੇ ਐਕਸ਼ਨ ਸਾਹਿਬ ਜੀ, ਸਾਰਿਆਂ ਦਾ ਹੀ, ਇਹਨਾਂ ਦਾ ਜੇ ਸਾਹਿਬ ਦਾ, ਸਾਡਾ ਸਾਨੂੰ ਇਹਨਾਂ ਨੇ ਸਹਾਇਤਾ ਕੀਤੀ ਹੈ ਜਿਹਦੇ ਵਿੱਚ ਕੰਮ ਦੀ ਸਟਾਰਟ ਕਰਦੇ। 50 ਰੁਪਏ ਦਾ ਪ੍ਰੋਜੈਕਟ ਹੈ ਜੀ, 5 ਕਰੋੜ 48 ਲੱਖ ਰੁਪਏ ਦਾ, ਜਿਹੜਾ ਕਮਿਊਨਿਟੀ ਹਾਲ ਹੈ ਉਹ ਵੀ ਉੱਚੀ ਬਣਾ ਜੀ, ਤੁਹਾਡੇ ਉਹਨੇ ਬਣਾਇਆ ਜੀ, ਇਹਨਾਂ ਪੈਸਿਆਂ ਨਾਲ ਐਕਸਕਲੂਡ ਹੈ ਜੀ, ਪ੍ਰਪੋਜ਼ਲ ਕੀਤੀ ਹੈ, ਅਪਰੂਵਲ ਤੋਂ ਬਾਅਦ ਹੀ ਉਹ ਕੀਤਾ ਜਾਏਗਾ ਜੀ। ਫਾਜ਼ਿਲਕਾ ਬੱਸ ਸਟੈਂਡ ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ, ਜਿਹੜਾ ਕਿ ਪਿਛਲੀ ਸਰਕਾਰ ਨੇ ਇੱਕ ਨਜਾਇਜ਼ ਬੜਾ ਵੱਡਾ ਪ੍ਰੋਜੈਕਟ ਬਣਾ ਕੇ ਉਹਨੂੰ ਸ਼ੁਰੂ ਕੀਤਾ ਸੀ, ਫਿਰ ਜਦੋਂ ਆਪਣੀ ਕਾਂਗਰਸ ਗਵਰਨਮੈਂਟ ਆਈ, ਅਸੀਂ ਦੁਬਾਰਾ ਜਿਹੜੇ ਉਹਦੇ ਨਕਸ਼ੇ ਤਿਆਰ ਕਰਾਏ, ਔਰ ਇਹਦੇ ਵਿੱਚ ਕਮਿਊਨਿਟੀ ਹਾਲ ਬਣਾਉਣ ਦੀ ਵੀ ਜਗ੍ਹਾ ਛੱਡੀ ਹੈ, ਕਮਿਊਨਿਟੀ ਹਾਲ ਵੀ ਬਣੂਗਾ, ਔਰ ਜਿਹੜਾ ਨਵੇਂ ਜਿਹੜਾ ਉਹਦਾ ਨਕਸ਼ੇ ਪਾਸ ਕਰਾ ਕੇ ਇੱਕ ਨਵੇਂ ਤਰੀਕੇ ਦਾ ਜਿਹੜਾ ਬੱਸ ਸਟੈਂਡ, ਉਹ ਅੱਜ ਅਸੀਂ ਉਹਦੀ ਸ਼ੁਰੂਆਤ ਕਰਵਾਈ ਹੈ, ਔਰ ਜਲਦੀ ਮੈਂ ਸਮਝਦਾ ਵੀ ਇਹ ਜਿਹੜਾ ਕੰਮ ਹੈ ਮੁਕੰਮਲ ਪੂਰਾ ਹੋ ਜਾਣਾ, ਔਰ ਸ਼ਹਿਰ ਨੂੰ ਜਿਹੜਾ ਬੱਸ ਸਟੈਂਡ ਇੱਕ ਵਧੀਆ ਮਿਲੂਗਾ। ਸਰ ਕਿੰਨੀ ਜਗ੍ਹਾ ਦੇ ਉੱਤੇ ਜਿਹੜਾ ਉਸਾਰੀ ਹੋ ਰਹੀ ਹੈ? ਇਹ ਜੀ ਟੋਟਲ ਜਿਹੜੀ ਪਹਿਲਾਂ ਸੀਗੀ ਉਹ 4 ਕਿੱਲੇ ਸੀਗੀ ਬੱਸ ਸਟੈਂਡ ਦਾ ਜਿਹੜਾ ਵੱਡਾ ਉਹਨਾਂ ਬਣਾਉਣਾ ਸੀ, ਵਿੱਚੋਂ ਹੁਣ ਅਸੀਂ ਕੁਛ ਜਗ੍ਹਾ ਕਮਿਊਨਿਟੀ ਹਾਲ ਵਾਸਤੇ ਵੀ ਕੱਢੀ ਹੈ, ਔਰ ਉਹਦੇ ਥੋੜ੍ਹੀ ਜਗ੍ਹਾ ਘੱਟ ਜੂਗੀ, ਔਰ ਜਿੰਨੇ ਵੀ ਪੈਸੇ 5 ਕਰੋੜ 48 ਲੱਖ ਰੁਪਇਆ ਜਿਹੜਾ ਇਸ ਬੱਸ ਸਟੈਂਡ 'ਤੇ ਲੱਗਣਾ, ਔਰ ਮੈਂ ਸਮਝਦਾ ਬੜਾ ਵਧੀਆ ਬੱਸ ਸਟੈਂਡ ਇਸ ਸ਼ਹਿਰ ਨੂੰ ਮਿਲੂਗਾ। ਕਿੰਨੀ ਕੁ ਜਲਦੀ ਤਿਆਰ ਹੋ ਜਾਏਗਾ? ਇਸ ਸਾਲ ਦੇ ਵਿੱਚ ਵਿੱਚ ਜਿਹੜਾ ਪੂਰਾ ਜਿਹੜਾ ਬੱਸ ਸਟੈਂਡ ਤਿਆਰ ਹੋ ਜਾਣਾ। ਉਹ ਉੱਥੋਂ ਹਟਾ ਕੇ ਫਿਰ ਸਾਰਾ ਕੁਝ ਸ਼ਿਫਟ ਹੋ ਕੇ ਇੱਥੇ ਆ ਜੂ, ਔਰ ਇਹ ਕਾਂਗਰਸ ਗਵਰਨਮੈਂਟ ਦੀ ਬੜੀ ਵੱਡੀ ਉਪਲਬਧੀ ਹੈ, ਜਿਹੜੇ ਇਸ ਸ਼ਹਿਰ ਨੂੰ ਮੈਂ ਕੈਪਟਨ ਸਾਹਿਬ ਦਾ ਧੰਨਵਾਦ ਕਰਦਾ, ਮੰਤਰੀ ਸਾਹਿਬ ਦਾ ਧੰਨਵਾਦ ਕਰਦਾ, ਬਲਵੀਰ ਸਿੱਧੂ ਜੀ ਦਾ, ਜਿਨ੍ਹਾਂ ਦੀ ਰਹਿਨੁਮਾਈ ਹੇਠ ਜਿਹੜਾ ਇਹ ਕੰਮ ਇਸ ਸ਼ਹਿਰ ਦਾ ਵਿਕਾਸ ਕਾਰਜ ਜਿਹੜੇ ਬੜੇ ਜੰਗੀ ਪੱਧਰ 'ਤੇ ਚੱਲ ਰਹੇ। ਜਿਹੜਾ ਕਮਿਊਨਿਟੀ ਹਾਲ ਹੈ ਸਰ, ਉਹ ਉਹਨਾਂ ਪੈਸੇ 'ਚ ਬਣਾਇਆ ਜਾਏਗਾ ਜਾਂ ਅਲੱਗ ਤੋਂ? ਉਹ ਜਿੰਨੇ ਵੀ ਪੈਸੇ ਲੱਗੇ ਜਾਂ ਅਸੀਂ ਹੋਰ